Ou foi de galera? ਹਾਂਜੀ ਹਾਂਜੀ ਜੀ ਮੈਂ ਗੌਰਵ ਬੋਲ ਰਿਹਾ ਜੀ ਮੈਂ ਗੌਰਵ ਬੋਲ ਰਿਹਾ ਮਾਨਸਾ ਪੰਜਾਬ ਤੋਂ ਜੀ ਗੌਰਵ ਮਾਨਸਾ ਪੰਜਾਬ ਤੋਂ ਬੋਲੋ ਜੀ ਕੀ ਹੈ ਸਮੱਸਿਆ ਕੀ ਇਮੀਗ੍ਰੇਸ਼ਨ ਕੀ ਸਮੱਸਿਆ ਭਾਜੀ ਇਹ ਹੈਗਾ ਕਿ ਮੇਰੀ ਵਾਈਫ ਹੈ ਉਹ ਕੈਨੇਡਾ ਪੀ ਆਰ ਹੈਗੀ ਹੈ ਕੈਨੇਡਾ ਪੀ ਆਰ ਹੈ ਜੀ ਓਕੇ ਤੇ ਪੀ ਆਰ ਕਿਸ ਤਰ੍ਹਾਂ ਬਣ ਗਈ ਹੋ ਤੁਸੀਂ ਕਿਸ ਤਰ੍ਹਾਂ ਇੰਡੀਆ ਰਹਿ ਰਹੇ ਹੋ ਫਿਰ ਮੈਂ ਉਹ ਦੱਸਦਾ ਪਿਆ ਉਹ ਪੀਆਰ ਹਜੇ 2 ਦਿਨ ਪਹਿਲਾਂ ਹੀ ਹੋਈ ਹੈ ਉਹ ਸਟੂਡੈਂਟ ਸੀ ਸਟੂਡੈਂਟ ਤੋਂ ਬਾਅਦ ਵਰਕ ਪਰਮਿਟ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਚੱਲ ਗਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਬਾਅਦ ਸਾਡਾ ਵਿਆਹ ਹੋਇਆ ਤੇ ਉਹ ਹੁਣ ਜਸਟ ਉਹ ਬਾਰਡਰ ਤੇ ਜਾ ਕੇ ਉਹਨੇ ਪਰਸੋਂ ਹੀ ਆਪਣੀ ਪੀਆਰ ਜਿਹੜੀ ਓਕੇ ਕਰਾਈ ਹੈਗੀ ਹੈ 16 ਤਰੀਕ ਨੂੰ ਓਕੇ ਇਸ ਤੋਂ ਬਾਅਦ ਭਾਜੀ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੀ 730 ਦਿਨ ਦੀ ਓਬਲੀਗੇਸ਼ਨ ਹੈ 2 ਸਾਲ ਰਹਿਣ ਦੀ ਕੈਨੇਡਾ ਓਕੇ ਐਕਚੁਅਲੀ ਮੇਰੀਆਂ ਕੁਝ ਪਰਸਨਲ ਪ੍ਰੋਬਲਮਸ ਨੇ ਉਹਦੀਆਂ ਵੀ ਕੁਝ ਪਰਸਨਲ ਪ੍ਰੋਬਲਮਸ ਨੇ ਮੇਰੇ ਕਰਕੇ ਕਿ ਸਾਨੂੰ 5-6 ਸਾਲ ਹਜੇ ਇੰਡੀਆ ਹੀ ਰਹਿਣਾ ਪੈਣਾ ਮਤਲਬ ਸਾਨੂੰ ਅਸੀਂ ਕੈਨੇਡਾ ਮੂਵ ਨਹੀਂ ਹੋ ਸਕਦੇ ਪਹਿਲਾਂ ਥੋੜ੍ਹਾ ਜਿਹਾ ਆਪਾਂ ਸਟੈਪ ਬਾਏ ਸਟੈਪ ਚੱਲਦੇ ਹਾਂ ਸਰ ਜੀ ਹੌਲੀ ਹੌਲੀ ਚੱਲਦੇ ਹਾਂ ਥੋੜ੍ਹਾ ਜਿਹਾ ਇਸ ਜਿਹੜੇ ਪਿਟਾਰੇ ਨੂੰ ਖੋਲਦੇ ਹਾਂ ਕਿ ਜਦ ਉਹਨੂੰ ਸਟੱਡੀ ਪਰਮਿਟ ਮਿਲ ਗਿਆ ਫਿਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ ਅਤੇ ਤੁਸੀਂ ਕਿਉਂ ਨਹੀਂ ਗਏ ਕੈਨੇਡਾ ਰਹਿਣ ਲਈ ਉੱਥੇ ਨਹੀਂ ਮੇਰੀ ਇੱਥੇ ਕੁਝ ਪਰਸਨਲ ਪ੍ਰੋਬਲਮ ਨਹੀਂ ਵਿਆਹ ਹੁਣੇ ਹੀ ਹੋਇਆ ਵਿਆਹ ਮਤਲਬ 2 ਮਹੀਨੇ ਪਹਿਲਾਂ ਹੋਇਆ ਜੀ ਸਾਡਾ ਉਹ ਤੱਕ ਉਹ ਵਰਕ ਪਰਮਿਟ ਹੋਲਡ ਔਨ ਜਸਟ ਸਟੈਪ ਬਾਏ ਸਟੈਪ ਵਿਆਹ 2 ਮਹੀਨੇ ਪਹਿਲਾਂ ਹੋਇਆ ਹੈ ਤੇ ਪੀਆਰ ਦੀ ਐਪਲੀਕੇਸ਼ਨ ਅਪਰੂਵ ਕਦੋਂ ਹੋਈ ਹੈ ਪੀਆਰ ਦੀ ਐਪਲੀਕੇਸ਼ਨ ਉਹਦੀ ਅਪਰੂਵ ਹੋਈ ਸੀ 11 ਮਾਰਚ ਨੂੰ ਜੀ 11 ਮਾਰਚ ਨੂੰ ਪੀਆਰ ਦੀ ਐਪਲੀਕੇਸ਼ਨ ਅਪਰੂਵ ਹੋ ਗਈ ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮੈਰਿਟ ਸ਼ੋਅ ਕੀਤਾ ਹੈ ਕਿ ਨਹੀਂ ਨਹੀਂ ਉੱਥੇ ਉਹਨਾਂ ਨੇ ਕਿਹਾ ਸੀ ਕਿ ਅਗਰ ਤੁਸੀਂ ਐਕਚੁਅਲੀ ਕੀ ਸੀ 11 ਮਾਰਚ ਨੂੰ ਜਿਹੜੀ ਮੇਲ ਆਈ ਸੀ ਪੀਪੀਆਰ ਮੇਲ ਹੁੰਦੀ ਹੈ ਜਿਹੜੀ ਉਸ ਟਾਈਮ ਇੰਡੀਆ ਸੀਗੀ 12 ਮਾਰਚ ਨੂੰ ਮੇਰਾ ਵਿਆਹ ਸੀਗਾ ਤੇ ਉਹ ਇਹਨਾਂ ਨੇ ਮੇਲ 'ਚ ਲਿਖਿਆ ਸੀ ਅਗਰ ਤੁਹਾਡੀ ਕੁਝ ਕੰਡੀਸ਼ਨਸ ਚੇਂਜ ਹੁੰਦੀਆਂ ਤਾਂ ਸਾਨੂੰ ਤੁਸੀਂ ਰਾਈਟ ਆਵੇ ਦੱਸਣਾ ਤੇ ਉੱਥੇ ਅਸੀਂ ਉਹਨਾਂ ਨੂੰ ਮੇਲ ਕੀਤੀ ਸੀ ਕਿ ਸਾਡਾ ਅਗਲੇ ਦਿਨ ਨੈਕਸਟ ਵਿਆਹ ਹੈਗਾ 12 ਤਰੀਕ ਦਾ ਕਿੱਥੇ ਤੁਸੀਂ ਉਹਨਾਂ ਨੂੰ ਦੱਸਿਆ ਕਿਸ ਤਰ੍ਹਾਂ ਕੰਟੈਕਟ ਕਰਕੇ ਦੱਸਿਆ ਉਹਨਾਂ ਨੂੰ ਨਹੀਂ ਉਹਨਾਂ ਨੇ ਉੱਥੇ ਇੱਕ ਫਾਰਮ ਆਇਆ ਸੀ ਜਿਹੜਾ ਪੀਪੀਆਰ ਮੇਲ ਜਿਹੜੀ ਮੇਲ ਆਈ ਸੀ ਉਹਦੇ 'ਚ ਹੀ ਸਾਰੀ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਸੀ ਕਿੱਦਾਂ ਆਈ ਨੋ ਮਾਈ ਕੁਐਸਚਨ ਇਜ਼ ਕਿ ਤੁਸੀਂ ਉਹਨਾਂ ਨੂੰ ਕਿੱਦਾਂ ਇਨਫੋਰਮ ਕੀਤਾ ਬਾਈ ਈਮੇਲ ਔਰ ਬਾਈ ਲੈਟਰ ਔਰ ਬਾਈ ਫੈਕਸ ਹਾਊ ਕਿਸ ਤਰ੍ਹਾਂ ਨਹੀਂ ਬਾਈ ਈਮੇਲ ਕਿਹੜੀ ਈਮੇਲ ਤੇ ਦੱਸਿਆ ਉਹਨਾਂ ਨੂੰ ਕਿਸ ਈਮੇਲ ਤੇ ਦੱਸਿਆ ਕਿ ਵੀ ਤੁਹਾਡੀ ਮੈਰਿਜ ਹੋ ਰਹੀ ਹੈ ਨਹੀਂ ਹੁਣ ਰਾਈਟ ਇੰਨਾ ਮੈਨੂੰ ਡਿਟੇਲ ਨਹੀਂ ਹੁੰਦਾ ਕਿਉਂਕਿ ਮੇਰੀ ਮੇਰੀ ਵਾਈਫ ਦੀ ਮੇਲ 'ਚ ਆਈ ਸੀ ਉਹ ਜਿਹੜਾ ਵੀ ਸੀਗਾ ਡਾਕੂਮੈਂਟ ਉਹਨੂੰ ਜ਼ਿਆਦਾ ਪਤਾ ਤੇ ਬਟ ਉਹਦਾ ਕੋਈ ਰਿਪਲਾਈ ਨਹੀਂ ਆਇਆ ਕੁਛ ਵੀ ਨਹੀਂ ਆਇਆ ਰਿਪਲਾਈ ਨਹੀਂ ਕਦੇ ਵੀ ਨਹੀਂ ਆਉਂਦਾ ਰਿਪਲਾਈ ਤੁਸੀਂ ਮੇਰੀ ਗੱਲ ਨੂੰ ਪਹਿਲਾਂ ਧਿਆਨ ਨਾਲ ਥੋੜ੍ਹਾ ਜਿਹਾ ਸਮਝੋ ਥੋੜ੍ਹਾ ਜਿਹਾ ਕਿਤੇ ਗਲਤੀ ਨਾ ਹੋ ਰਹੀ ਹੋ ਠੀਕ ਹੈ ਪਾਸਪੋਰਟ ਰਿਕੁਐਸਟ ਆ ਗਈ 2 ਦਿਨ ਬਾਅਦ ਤੁਹਾਡੀ ਮੈਰਿਜ ਹੋਈ ਕਿੰਨੇ ਦਿਨ ਬਾਅਦ ਮੈਰਿਜ ਹੋਈ ਹੈ ਨੈਕਸਟ ਡੇ ਮੈਰਿਜ ਸੀਗੀ 11 ਮਾਰਚ ਨੂੰ ਪਾਸਪੋਰਟ ਰਿਕੁਐਸਟ ਆਈ ਹੈ ਮੈਰਿਜ ਦੇ ਬਾਅਦ ਤੁਸੀਂ ਈਮੇਲ ਕਰਤਾ ਕਿ ਵੀ ਮੇਰੀ ਮੈਰਿਜ ਹੋ ਰਹੀ ਹੈ ਕਰੈਕਟ ਯੈਸ ਯੈਸ ਸੇਮ ਡੇ ਕਰਤਾ ਠੀਕ ਹੈ ਫਿਰ ਉਹ ਜਿਹੜਾ ਵੀਜ਼ਾ ਵੀ ਜਿਹੜਾ ਪਾਸਪੋਰਟ ਰਿਕੁਐਸਟ ਦੇ ਬਾਅਦ ਜਿਹੜਾ ਵੀਜ਼ਾ ਸਟੈਂਪ ਹੋਇਆ ਉਹ ਕਿਹੜੇ ਦਿਨ ਕਿਹੜੀ ਤਰੀਕ ਨੂੰ ਹੋਇਆ ਉਹ 16-4 ਪਰਸੋਂ ਬਾਰਡਰ ਤੇ ਜਾ ਕੇ ਉਹਨਾਂ ਨੇ 1 ਮਹੀਨਾ ਟਾਈਮ ਦਿੱਤਾ ਸੀ ਵਿਆਹ ਤੋਂ ਬਾਅਦ ਉਹ ਕੈਨੇਡਾ ਚੱਲ ਗਈ ਗਾਟ ਇਟ ਜਸਟ ਮੈਂ 16 ਨੂੰ ਜਦੋਂ ਉਹ ਵੀਜ਼ਾ ਲੱਗ ਗਿਆ ਹੈ ਤੇ ਲੈਂਡਿੰਗ ਪੇਪਰ 'ਚ ਉਹਨਾਂ ਦਾ ਲਿਖਿਆ ਹੈ ਮੈਰਿਡ ਜਾਂ ਅਨਮੈਰਿਡ ਨਹੀਂ ਨਹੀਂ ਉੱਥੇ ਉਹਨਾਂ ਨੇ ਮੈਰਿਡ ਕਰਤਾ ਜੀ ਉੱਥੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਮੈਰਿਡ ਆ ਤਾਂ ਦੱਸਿਆ ਕਿ ਮੈਰਿਡ ਆ ਤਾਂ ਫਿਰ ਉਹਨਾਂ ਨੇ ਇਨਫੋਰਮੇਸ਼ਨ 'ਚ ਪੁੱਛਿਆ ਕਿ ਤੁਹਾਡੇ ਜਿਹੜੇ ਸਪਾਊਸ ਹੈ ਨਾਲ ਤੁਸੀਂ ਉਹਨਾਂ ਨੂੰ ਅਕੰਪਨੀ ਕਰਨਾ ਚਾਹੁੰਦੇ ਆ ਤਾਂ ਉੱਥੇ ਕਰਤਾ ਨੋ ਕਰੀ ਨਹੀਂ ਤਾਂ CRS ਪੁਆਇੰਟਸ ਚੇਂਜ ਹੋ ਸਕਦੇ ਸੀਗੇ ਇਸ ਲਈ ਉੱਥੇ ਨੋ ਕਰਤਾ ਕੰਪਨੀ 'ਚ ਤੇ ਉਹਨਾਂ ਨੇ ਮੈਰਿਡ ਕਰਕੇ ਉਹ ਚੇਂਜ ਕਰਤਾ Just a second, just a minute. married ਹੋਣ ਦੇ ਬਾਵਜੂਦ ਉਹਨਾਂ ਨੇ ਤੁਹਾਨੂੰ ਸ਼ੋਅ ਕੀਤਾ as a non-accompanying. Yes. Okay, non-accompanying spouse. Because of the CRS, a score will go down. ਇਸ ਕਰਕੇ? Yes. ਇਹ ਮੇਰੇ ਖਿਆਲ ਬਹੁਤ ਹੀ serious strategic mistake ਹੈ. But anyway, ਉਹਦੇ ਬਾਅਦ ਫਿਰ ਕੀ ਹੋਇਆ? ਹੁਣ ਕੁਛ ਨਹੀਂ ਜੀ ਉਹਦੀ ਹੁਣ ਫਲਾਈਟ ਵਾਪਸੀ ਦੀ ਹੈਗੀ ਹੈ 23 ਤਰੀਕ ਦੀ 23 ਤਰੀਕ ਨੂੰ ਵਾਪਸ ਇੰਡੀਆ ਨੂੰ ਆਉਣਾ ਉਹਨਾਂ ਨੇ ਜੀ ਅੱਛਾ ਫਿਰ ਹੁਣ ਇਹ ਕਿ ਪੀਆਰ ਕਾਰਡ ਦੇ ਐਡਰੈਸ ਤੇ ਚੱਲ ਜਾਏਗਾ ਉਹ ਅਸੀਂ ਬਾਈ ਹੈਂਡ ਦੇ ਬ੍ਰਦਰ ਨੇ ਆਣਾ 2-3 ਮਹੀਨੇ ਬਾਅਦ ਅਸੀਂ ਉਹਦੇ ਹੱਥ ਮੰਗਾ ਲਾਂਗੇ ਚਲੋ ਉਹ ਤਾਂ ਹੋ ਜਾਏਗਾ ਸੋਲਵ ਆਊਟ ਹਾਂ
ਬਟ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੇ ਹੁਣ ਅਗਲੇ 2 ਸਾਲ ਮੈਂਡੇਟਰੀ ਨੇ ਕੈਨੇਡਾ ਚ ਲਗਾਣੇ 5 ਸਾਲ ਚੋਂ 2 ਸਾਲ ਉਹ ਪੋਸੀਬਲੀ ਸ਼ਾਇਦ ਅਸੀਂ ਨਾ ਲਗਾ ਪਾਈਏ, ਮਤਲਬ ਉਹ ਨਾ ਲਗਾ ਪਾਏ। ਚਲੋ ਮੈਂ ਤਾਂ ਹਜੇ ਪੀਆਰ ਨਹੀਂ ਹੈਗਾ ਕਿਉਂਕਿ ਮੇਰੇ ਕਾਰਨ ਉਹ ਵੀ ਨਹੀਂ ਜਾ ਸਕਦੀ, ਤੇ ਮੈਨੂੰ ਕੁਛ ਪਰਸਨਲ ਪ੍ਰੋਬਲਮਸ ਨੇ ਇੱਥੇ ਇੰਡੀਆ, ਕੁਛ ਬਿਜ਼ਨਸ ਰਿਲੇਟਡ ਹੋਰ ਘਰੇ ਪ੍ਰੋਬਲਮਸ ਨੇ, ਤੇ ਮੈਂ ਜਾ ਨਹੀਂ ਸਕਦਾ। ਮੇਰੇ ਮਦਰ ਇਕੱਲੇ ਹੈ, ਮੇਰੇ ਫਾਦਰ ਹੈ ਨਹੀਂ ਗੇ। ਸਰ ਜੀ ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਕਿ ਵਾਈਫ ਦਾ ਨਾਮ ਕੀ ਹੈ? ਗਗਨਦੀਪ। ਗਗਨਦੀਪ ਨੇ ਪੀ ਆਰ ਦੀ ਅਰਜ਼ੀ ਕਰਕੇ ਪੀ ਆਰ ਤੇ ਲੈ ਲਈ, ਹੁਣ ਨਾ ਤੇ ਉਹਨਾਂ ਦਾ ਸ਼ਾਇਦ ਕੋਈ ਇਰਾਦਾ ਹੈ, ਨਾ ਤੇ ਉਹਨਾਂ ਦੀ ਕੋਈ ਪ੍ਰਿਪਰੇਸ਼ਨ ਹੈ ਕਿ ਉਹ ਪੀ ਆਰ ਨੂੰ ਲੈ ਕੇ ਉਹ ਕੈਨੇਡਾ ਰਹਿ ਸਕਦੇ ਹੈ, ਉਹ ਵਾਪਿਸ ਆ ਰਹੇ ਹੈ। ਪੀ ਆਰ ਲੈਣ ਦਾ ਫਾਇਦਾ ਕੀ ਹੋਇਆ ਫਿਰ? ਨਹੀਂ ਉਹ ਇਹ ਸੀਗਾ ਕਿ ਹੁਣ ਮਿਲਦੀ ਪਈ ਹੈਗੀ ਹੈ ਤੇ ਚਲੋ ਆਪਾਂ ਅਪਲਾਈ ਕਰਦੇ ਹਾਂ ਕਿ ਇਨ ਫਿਊਚਰ ਆਪਾਂ 2-4 ਸਾਲ 5 ਸਾਲ ਬਾਅਦ ਜਦ ਸਾਰੀਆਂ ਕੰਡੀਸ਼ਨਸ ਠੀਕ ਹੋ ਜਾਣਗੀਆਂ ਦੈਨ ਵੀ ਕੈਨ ਮੂਵ ਦੇਰ। ਯਾ ਇਟ ਮਾਈਟ ਬੀ ਟੂ ਲੇਟ। ਨਹੀਂ ਇਟ ਮਾਈਟ ਬੀ ਟੂ ਲੇਟ ਦੈਟ ਟਾਈਮ। ਮੇਰੇ ਖਿਆਲ ਹੈ ਕਿ ਦੋ ਗਲਤੀਆਂ ਤੇ ਪਹਿਲਾਂ ਹੀ ਮੈਨੂੰ ਨਜ਼ਰ ਆ ਰਹੀਆਂ ਜਿਹੜੇ ਗਲਤੀਆਂ ਤੁਹਾਡੇ ਤੋਂ ਹੋ ਗਈਆਂ, ਤੁਹਾਡੇ ਜਾਂ ਤੁਹਾਡੇ ਵਾਈਫ ਤੋਂ ਹੋ ਗਈਆਂ। ਪਹਿਲੀ ਗੱਲ ਕਿ ਪਤਾ ਨਹੀਂ ਕਿਹੜੇ ਐਡਵਾਈਜ਼ਰ ਨੇ, ਕਿਹੜੇ ਲੋਇਰ ਨੇ ਤੁਹਾਨੂੰ ਐਡਵਾਈਸ, ਉਹਨਾਂ ਨੂੰ ਐਡਵਾਈਸ ਕੀਤਾ ਕਿ ਨੌਨ ਅਕੰਪਨੀਇੰਗ ਸ਼ੋਅ ਕਰੋ। ਨੌਨ ਅਕੰਪਨੀਇੰਗ ਦਾ ਮਤਲਬ ਕਿ ਹਸਬੈਂਡ ਜਾਂ ਵਾਈਫ ਦੇ ਵਿਚਕਾਰ ਜਿਹੜਾ ਰਿਲੇਸ਼ਨਸ਼ਿਪ ਨਹੀਂ ਹੈ, ਦੈਟ ਇਜ਼ ਕਾਲਡ ਨੌਨ ਅਕੰਪਨੀ। ਜਾਂ ਤੇ ਮਤਲਬ ਲੀਗਲ ਸੈਪਰੇਸ਼ਨ ਹੈ, ਜਾਂ ਤੇ ਡਿਵੋਰਸ ਹੈ, ਜਾਂ ਉਹਨਾਂ ਨੇ ਆਉਣਾ ਹੀ ਨਹੀਂ ਹੈ, ਮਤਲਬ ਤੁਹਾਡੇ ਨਾਲ ਆਉਣ ਨਹੀਂ। ਇਸ ਮਿਸਟੇਕ ਤੋਂ ਤੁਹਾਡੇ ਜਾਣ ਦਾ ਰਸਤਾ ਬੰਦ ਹੋ ਗਿਆ। ਨੰਬਰ 1, ਤੁਸੀਂ ਉਹ ਜਿਹੜਾ ਸੁਪਨਾ ਦੇਖਣ ਦੇ ਹੋ ਨਾ ਕਿ ਵੀ ਮੈਂ ਕੁਛ ਸਾਲ ਬਾਅਦ ਫਿਰ ਉਹਨਾਂ ਨਾਲ ਪੀ ਆਰ ਹੋ ਕੇ ਸ਼ਾਨ ਨਾਲ ਜਾਵਾਂਗਾ, ਦੈਟ ਵਿਲ ਨੈਵਰ ਹੈਪਨ। ਮੇਰੀ ਗੱਲ ਸਮਝ ਰਹੇ ਹੋ? ਦੈਟ ਵਿਲ ਨਾਟ ਹੈਪਨ ਅਨਲੈਸ ਦੇਰ ਇਜ਼ ਅ ਰੀਕਨਸੀਲੀਏਸ਼ਨ। ਫਿਰ ਉਹ ਤੁਹਾਨੂੰ ਜਸਟੀਫਾਈ ਕਰਨਾ ਪੈਣਾ ਕਿ ਵੀ ਪਹਿਲਾਂ ਕਿਉਂ ਨੌਨ ਅਕੰਪਨੀਇੰਗ ਸੀ ਅਤੇ ਬਾਅਦ 'ਚ ਫਿਰ ਅਕੰਪਨੀਇੰਗ ਹੋ ਗਿਆ, ਮਤਲਬ ਕਿ ਤੁਹਾਡੇ ਹਸਬੈਂਡ ਵਾਈਫ ਦੇ ਵਿੱਚ ਜਿਹੜਾ ਉਹ ਮੈਰਿਜ ਰਿਲੇਸ਼ਨਸ਼ਿਪ, ਮੈਰਿਟਲ ਰਿਲੇਸ਼ਨਸ਼ਿਪ ਰੀਸਟੈਬਲਿਸ਼ ਹੋ ਗਈ ਹੈ, ਅਤੇ ਅਗਰ ਹੁਣ ਹੋ ਗਈ ਤਾਂ ਪਹਿਲਾਂ ਕੀ ਨਹੀਂ ਸੀ, ਵਿਚ ਇਜ਼ ਅਗੇਨ ਆਲਸੋ ਕੌਂਟਰਰੀ ਟੂ ਦਾ ਰਿਐਲਿਟੀ, ਕਿਉਂਕਿ ਉਹ ਆ ਰਹੀ ਹੈ ਤੁਹਾਡੇ ਨਾਲ ਰਹਿਣ ਆ ਰਹੀ ਹੈ। ਜੇਕਰ ਨੌਨ ਅਕੰਪਨੀਇੰਗ ਹੈ, ਇਹ ਤੁਹਾਡੇ ਨਾਲ ਰਹਿਣ ਕਿਉਂ ਆ ਰਹੀ ਹੈ ਫਿਰ? ਇਹ ਤਾਂ ਇਹ ਦਿਸ ਵਿਲ ਕ੍ਰੀਏਟ ਅ ਲੀਗਲ ਪ੍ਰੋਬਲਮ ਇਨ ਦਾ ਕਮਿੰਗ ਈਅਰਸ। ਨੰਬਰ 1। ਨੰਬਰ 2, ਅਗਰ ਜੇ ਤੁਸੀਂ ਅਗਰ ਰਹਿਣਾ ਹੀ ਨਹੀਂ ਸੀ, ਅਗਰ ਜੇ ਉਹਨਾਂ ਨੇ ਗਗਨ ਨੇ ਰਹਿਣਾ ਹੀ ਨਹੀਂ ਸੀ, ਤੇ ਇਸ ਵਕਤ ਪੀ ਆਰ ਅਪਲਾਈ ਕਰਨ ਦੀ ਲੋੜ ਹੀ ਨਹੀਂ ਸੀ ਐਕਚੁਲੀ। ਇਸ ਵਕਤ ਪੀ ਆਰ ਅਪਲਾਈ ਕਰਨ ਦੀ ਲੋੜ ਨਹੀਂ ਸੀ। ਥੋੜ੍ਹਾ ਬਹੁਤ ਵਿਚ ਆਈ ਡੋਂਟ ਵਾਂਟ ਟੂ ਗੋ ਇਨ ਟੂ ਦਾ ਡਿਟੇਲਸ ਕਿ ਉਹਨਾਂ ਨੇ PNP ਦੇ ਥਰੂ ਲਿਆ ਜਾਂ ਕਿਸੇ ਐਕਸਪੀਰੀਅੰਸ ਦੇ ਥਰੂ ਲਿਆ, ਕਿਹੜੇ ਕਲਾਸ ਦੇ ਥਰੂ ਲਿਆ, ਉਸ CEC ਦੇ ਥਰੂ ਲਿਆ। ਦੈਟਸ ਓਕੇ CEC ਦਾ ਐਕਸਪੀਰੀਅੰਸ 3 ਸਾਲ ਤੱਕ ਵੈਲਿਡ ਰਹਿੰਦਾ ਹੈ। 1 ਸਾਲ 2 ਸਾਲ ਇੱਥੇ ਰਹਿਣ ਦੇ ਬਾਅਦ, ਇੰਡੀਆ ਪੰਜਾਬ ਰਹਿਣ ਦੇ ਬਾਅਦ 1 ਸਾਲ ਜਾਂ 2 ਸਾਲ ਬਾਅਦ ਜਦ ਸਿਚੁਏਸ਼ਨ ਕਲੀਅਰ ਹੁੰਦੀ, ਫਿਰ ਅਪਲਾਈ ਕਰਨਾ ਸੀ PR। ਇਹ ਪਤਾ ਨਹੀਂ ਕਿਹੜੇ ਲੋਇਰ ਨੇ ਤੁਹਾਨੂੰ ਐਡਵਾਈਸ ਕੀਤਾ ਕਿ ਕਰੋ ਜਾਂ ਆਪਣੇ ਆਪ ਕੀਤਾ। ਦਿਸ ਇਜ਼ ਦਾ ਸਟ੍ਰੈਟੇਜਿਕ ਸੈਕਿੰਡ ਮਿਸਟੇਕ। ਐਨੀਵੇ ਚਲੋ, ਉਹ ਤਾਂ ਜਦ ਮਿਸਟੇਕ ਹੋ ਗਈ, ਹੁਣ ਦੱਸੋ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਕਿ ਵੀ ਅਸੀਂ ਕਿੰਨੇ ਸਾਲ ਰਹਿਣਾ ਹੈ। 5 ਸਾਲ ਦੀ ਜਿਹੜੀ ਮਰਿਆਦਾ ਹੈ, ਸੈਕਸ਼ਨ 28 ਹੁੰਦਾ ਹੈ, ਇੱਕ ਓਬਲੀਗੇਸ਼ਨ ਹੁੰਦਾ ਹੈ, ਇਟਸ ਕਾਲਡ ਰੈਜ਼ੀਡੈਂਸੀ ਓਬਲੀਗੇਸ਼ਨ। ਸੈਕਸ਼ਨ 28 ਦੇ ਥਰੂ ਤੁਸੀਂ 5 ਸਾਲ, ਜਿਸ ਟਾਈਮ ਤੋਂ ਹੁਣ ਕੱਲ੍ਹ ਤੋਂ ਜਦ ਵੀ ਉਹਨਾਂ ਨੂੰ ਵੀਜ਼ਾ ਇਸ਼ੂ ਹੋਇਆ, ਕੱਲ੍ਹ ਤੋਂ ਲੈ ਕੇ ਅਗਲੇ 5 ਸਾਲ ਤੱਕ ਉਹਨਾਂ ਨੇ 2 ਸਾਲ ਅਗਰ ਜੇ ਨਹੀਂ ਰਹਿੰਦੇ, ਫਿਰ ਉਹ ਉਹਨਾਂ ਦੀ ਇੱਕ ਜਿਹੜੀ ਰਿਕੁਆਇਰਮੈਂਟ ਨੂੰ ਵਾਇਲੇਸ਼ਨ ਹੁੰਦਾ ਹੈ, ਇਨ ਫਿਊਚਰ ਅਗਰ ਉਹ ਵਾਪਸ ਨਹੀਂ ਆਏਗੀ ਤਾਂ ਪ੍ਰੋਬਲਮ ਹੋ ਜਾਏਗੀ। ਨੰਬਰ 1। ਨੰਬਰ 2, ਪੀ ਆਰ ਪ੍ਰੋਬਲਮ ਮਤਲਬ ਕਿ ਇਟ ਵਿਲ ਗੋ ਅੰਡਰ ਕੈਂਸਲੇਸ਼ਨ ਆਫ ਸਟੇਟਸ ਯਾਰ, ਉਹਦੇ ਬਾਅਦ ਫਿਰ ਉਹ ਅਪੀਲ ਹੋਏਗੀ ਨਹੀਂ ਹੋਏਗੀ, ਵੀ ਡੂ ਨਾਟ ਨੋ ਕਿ ਕੀ ਕਿਹੜੇ ਸਰਕਮਸਟਾਂਸਿਸ ਦੇ। ਸੋ ਇਸ ਕਰਕੇ ਇਹ ਖਤਰਾ ਹੀ ਹੈ। ਸੋ ਹੁਣ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਵੀ ਕੀ ਹੋਏਗਾ, ਸ਼ੀ ਰਿਸ ਲੂਜ਼ਿੰਗ ਹਰ ਪੀ ਆਰ ਸਟੈਟਸ ਇਫ ਸ਼ੀ ਲਿਵਸ ਇਨ ਇੰਡੀਆ ਆਊਟਸਾਈਡ ਕੈਨੇਡਾ ਫੋਰ 2 ਇਅਰਸ। ਇਹ ਮੇਰਾ ਜਵਾਬ ਹੈ। ਬੋਲੋ। ਠੀਕ, ਇਹਦਾ ਮੇਰੀ ਕਿਹਦੀ ਕੁਐਸਚਨ ਇਹ ਸੀ ਭਾਜੀ, ਮੈਂ ਉੱਥੇ ਐਗਜ਼ੈਂਪਸ਼ਨਸ ਪੜ੍ਹ ਰਿਹਾ ਸੀਗਾ, ਉਹਦੀ ਇੱਕ ਕੰਪਨੀ ਹੈਗੀ, IT ਕੰਪਨੀ ਹੈ, ਮਤਲਬ ਸਰਵਿਸਿਸ ਦਾ ਕੰਮ ਕਰਦੇ ਹੈਗੇ ਆ ਉਹ। ਉਹਨਾਂ ਦੀ ਇੱਕ ਬੈਕਐਂਡ ਕੰਪਨੀ ਕਿਸੇ ਇੰਡੀਅਨ ਕੰਪਨੀ ਨਾਲ ਕੰਟਰੈਕਟ ਹੈਗਾ ਇੰਡੀਆ ਦੇ ਵਿੱਚ, ਜਿਹੜੀਆਂ ਸਰਵਿਸਿਸ ਸਾਰੀਆਂ ਕੋਈ ਵੈਬਸਾਈਟ ਨੂੰ SEO ਪ੍ਰੋਵਾਈਡ ਕਰਦੀਆਂ, ਕਾਲ ਸੈਂਟਰ ਇੱਥੋਂ ਪ੍ਰੋਵਾਈਡ ਹੁੰਦਾ,
ਸਾਰਾ ਕੁਛ ਮਤਲਬ ਸਰਵਿਸਿਜ਼ ਇੱਥੇ ਚੱਲ ਰਹੀਆਂ ਉਹਨਾਂ ਨੇ ਕੀ ਟਾਈਮ ਆਪਣਾ ਕੀਤਾ। ਮੈਂ ਤੁਹਾਡਾ ਇਸ਼ਾਰਾ ਸਮਝ ਕੇ ਆਪਣੇ ਸਵਾਲ ਤੇ ਆ ਜਾਓ, ਸਮਝ ਗਿਆ ਤੁਹਾਡਾ ਕੀ ਬੈਕਗ੍ਰਾਉਂਡ, ਇਸ਼ਾਰਾ ਕੀ ਹੈ, ਤੁਸੀਂ ਅਗਲੇ ਸਵਾਲ ਤੇ ਆਓ ਆਪਣੇ। ਜੀ 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 ਉਹ ਕਹਿ ਰਹੇ ਆ ਕਿ ਉਹਨਾਂ ਦਾ ਇੱਕ ਬੰਦਾ ਆਲਰੇਡੀ ਇੰਡੀਆ ਬੈਠਾ ਹੁੰਦਾ, ਕੈਨੇਡੀਅਨ ਬੰਦਾ ਹੈਗਾ, ਉਹ ਕਹਿੰਦੇ ਉਹਨੂੰ ਅਸੀਂ ਵਾਪਸ ਬੁਲਾ ਕੇ ਤੈਨੂੰ ਅਸੀਂ ਇੰਡੀਆ ਭੇਜ ਦਿੰਦੇ ਹਾਂ, ਔਨ ਕੰਪਨੀ ਪੇਰੋਲ ਤੈਨੂੰ ਚੈੱਕ ਮਿਲਣਗੇ, ਸਭ ਕੁਛ ਮਿਲਿਆ, ਅਗਰ ਤੇ ਹੱਲ ਹੁੰਦਾ ਤਾਂ ਤੁਸੀਂ ਕਿਸੇ ਲਾਇਰ ਨਾਲ ਗੱਲ ਕਰ ਲਓ, ਅਸੀਂ ਉਹਨਾਂ ਦੇ ਕੁਛ ਪੇਪਰਸ ਬਣਾ ਦਿੰਦੇ ਹਾਂ। ਪ੍ਰੋਬਲਮ ਇਸ ਤਰ੍ਹਾਂ ਹੋਏਗੀ ਇਨ ਫਿਊਚਰ, ਇਹ ਤੁਸੀਂ ਇੱਕ ਤੁਸੀਂ ਕੈਚ ਤੇ ਉਹਨੂੰ ਲੱਭ ਲਿਆ ਕਿ ਵੀ ਠੀਕ ਹੈ, ਅਗਰ ਕੈਨੇਡੀਅਨ ਬਿਜ਼ਨਸ ਲਈ ਅਗਰ ਬਾਹਰ ਕੰਮ ਕਰ ਰਹੇ ਹੈ ਤੁਹਾਨੂੰ ਕੈਨੇਡੀਅਨ ਪੇਰੋਲ ਤੋਂ ਤਨਖਾਹ ਮਿਲ ਰਹੀ ਹੈ ਤੇ ਉਹ ਇੱਕ ਟਾਈਸ ਨੂੰ ਕੰਟੀਨਿਊ ਕਰਨ ਦਾ ਇੱਕ ਡਰਾਮਾ ਹੈ, ਇੱਕ ਤਰੀਕਾ ਹੈ, ਪਰ ਇਨ ਫਿਊਚਰ ਹੋਏਗਾ ਕੀ ਕਿ ਅਗਰ ਇਹ 2 ਸਾਲ ਕੰਮ ਕਰ ਗਈ ਇੱਥੇ ਰਹਿ ਗਈ ਇੰਡੀਆ ਕੈਨੇਡਾ ਤੋਂ ਬਾਹਰ 2 ਸਾਲ 2.5 ਸਾਲ ਬਾਅਦ ਇਹ ਦੁਬਾਰਾ ਜਾਏਗੀ ਤੇ ਉਸ ਐਗਜ਼ੈਂਪਸ਼ਨ ਨੂੰ ਲੇਕਰ ਅਗਰ ਉਹ ਕਲੇਮ ਕਰੇਗੀ ਕਿ ਮੇਰਾ PR ਸਟੇਟਸ ਮੇਨਟੇਨ ਰੱਖਣਾ ਚਾਹੀਦਾ ਹੈ, ਇਸ ਚੀਜ਼ ਨੂੰ ਕੰਟੀਨਿਊ ਹੋ, ਵੀਜ਼ਾ ਆਫਿਸਰ ਕੋਈ ਅਨਪੜ੍ਹ ਲੋਕ ਨਹੀਂ ਹੈ ਜਾਂ ਬੇਵਕੂਫ ਨਹੀਂ ਹੈ, ਉਹਨਾਂ ਨੂੰ ਪਤਾ ਹੈ ਕਿ ਕਿਹੜੇ ਗੇਮ ਚੱਲਦੇ ਹੈ, ਉਹ ਫਿਰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਉਹਨਾਂ ਨੇ ਕਰਨਾ ਹੈ ਕਿ ਵੀ ਇਹ ਕੰਪਨੀ ਨੇ ਤੁਹਾਨੂੰ ਜੋਬ ਕਦੋਂ ਦਿੱਤੀ, ਕਿਉਂ ਦਿੱਤੀ, ਕੀ ਜਸਟੀਫਿਕੇਸ਼ਨ ਸੀ, ਇਹ ਜੋਬ PR ਲੈਣ ਤੋਂ ਪਹਿਲਾਂ ਚੱਲ ਰਿਹਾ ਸੀ ਜਾਂ ਬਾਅਦ ਵਿੱਚ ਸ਼ੁਰੂ ਹੋਇਆ, ਹੋਰ ਤੁਹਾਡੇ ਕਿੰਨੇ ਇੰਪਲੋਈਜ਼ ਨੇ ਜਿਹੜੇ ਕੈਨੇਡਾ ਤੋਂ ਬਾਹਰ ਕੰਮ ਕਰ ਰਹੇ ਹੈ, ਵਾਕਈ ਉਹ ਜਿਹੜੀ ਕੈਨੇਡਾ ਜਿਹੜੀ ਜੋਬ ਚੱਲ ਰਹੀ ਹੈ ਉਹਦਾ ਸੁਪਰਵਿਜ਼ਨ ਕਿੱਦਾਂ ਚੱਲ ਰਿਹਾ ਹੈ, ਕੀ ਵਾਕਈ ਇਹ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ ਜੈਨੂਇਨਨੈਸ ਦੀ ਕਸੌਟੀ 'ਤੇ ਖਰਾ ਉਤਰੇਗਾ ਨਹੀਂ ਉਤਰੇਗਾ, ਉਹ ਫਿਰ ਉਹਨਾਂ ਨੇ ਤਕੜੀ 'ਤੇ ਤੋਲਣਾ ਇਸ ਚੀਜ਼ ਨੂੰ। ਅਗਰ ਜੇ ਉਹ ਸੈਟਿਸਫਾਈ ਹੋ ਗਏ ਕਿ ਵੀ ਇਹ ਜੈਨੂਇਨਨੈਸ ਹੈ ਫਿਰ ਤਾਂ ਠੀਕ ਹੈ, ਨਹੀਂ ਤਾਂ ਅਦਰਵਾਈਜ਼ ਦਿਸ ਇਜ਼ ਕਾਲਡ employment of convenience, that means ke ek drama khedan layi tusi ye sara jugad kita hai, this there's always a risk, mainu lagda nahi ke genuine employment hai, ye tusi apne PR bachan di ye sara game khed rahe ho, visa officer nu bhi samajh aa jayega, visa officer nu nahi aayega te judge jehda baitha hai immigration refugee board tak utthe ta gal pahunchi ho ohnu samajh aa jayega। ਰਾਈਟ, ਮੈਂ ਇਹੀ ਪੁੱਛਣਾ ਸੀ। ਸੈਕਿੰਡ ਕੁਐਸਚਨ ਭਾਜੀ ਦਾ ਮੇਰਾ ਇਹ ਸੀਗਾ ਕਿ ਜਿਹੜਾ ਇਹ ਮਤਲਬ ਇਹ ਆਪਾਂ ਉਹਨੂੰ ਕਵਾਂਗੇ ਕਿ ਮੇਰਾ ਇਹ ਕਲੇਮ ਮੈਂ ਲੈਣਾ, ਕ੍ਰੈਡਿਟਸ ਲੈਣੇ ਆ ਮੈਂ ਇਸ ਟਾਈਮ ਦੇ, ਇਹ ਆਪਾਂ ਰਾਈਟ ਅਵੇ 5 ਸਾਲ ਬਾਅਦ ਹੀ ਲਵਾਂਗੇ ਜਾਂ ਮਤਲਬ ਜਿੱਦਾਂ ਹੁਣ ਉਹ ਇੰਡੀਆ ਆਈ ਹੈ 6 ਮਹੀਨੇ ਬਾਅਦ ਵਾਪਿਸ ਜਾ ਰਹੀ ਹੈ ਉੱਥੇ ਪੋਰਟ ਆਫ ਐਂਟਰੀ ਤੇ, ਉਸ ਟਾਈਮ ਹੀ ਕਲੇਮ ਆਪਾਂ ਕਰ ਸਕਦੇ ਹਾਂ ਆਪਾਂ ਨੂੰ ਮਤਲਬ 6 ਮਹੀਨੇ ਬਾਅਦ ਕੁਛ ਪ੍ਰੋਬਲਮ ਨਹੀਂ ਹੋਣੀ, ਅਗਲੇ ਐਟਲੀਸਟ 3 ਸਾਲ ਤੱਕ ਉਹ ਜਿੰਨੀ ਵਾਰ ਉਹ ਟਰੈਵਲ ਕਰੇਗੀ ਕੈਨੇਡਾ ਇਹ ਉਸ ਵਕਤ ਕੋਈ ਪ੍ਰੋਬਲਮ ਨਹੀਂ ਹੋਣੀ, ਅਗਰ 3 ਸਾਲ ਬਾਅਦ ਕਰੇਗੀ ਕਿਉਂਕਿ 2 ਸਾਲ ਤੋਂ ਘੱਟ ਟਾਈਮ ਰਹਿ ਜਾਏਗਾ, ਫਿਰ ਉਹ ਸ਼ੱਕ ਕਰਨਗੇ ਕਿ ਤੁਹਾਡੇ 2 ਸਾਲ ਪੂਰੇ ਕਿੱਦਾਂ ਤੁਸੀਂ ਕਰੋਗੇ, ਪੂਰੇ ਕਿੱਦਾਂ ਹੋ, ਸੋ 3 ਸਾਲ ਤੱਕ ਤਾਂ ਕੋਈ ਜ਼ਿਆਦਾ ਉਹਨਾਂ ਨੇ ਖਿੱਚ ਨਹੀਂ ਕਰਨੀ, ਪਹਿਲੇ 1-2 ਵਾਰ ਤੇ ਉਹਨਾਂ ਨੇ ਕੁਛ ਕਰਨਾ ਹੀ ਕਿਉਂਕਿ ਯੂ ਆਰ ਅ ਫਰੈਸ਼ PR, ਸੋ ਉਹਦੀ ਪ੍ਰੋਬਲਮ ਨਹੀਂ ਹੈ, ਪ੍ਰੋਬਲਮ 3 ਸਾਲ ਬਾਅਦ ਆਏਗੀ। ਨਹੀਂ ਭਾਜੀ, ਮੈਂ ਜਿਹੜਾ ਮੇਰਾ ਕੁਐਸਚਨ ਇਹ ਸੀਗਾ ਕਿ ਹੁਣ ਜਿੱਦਾਂ ਆਪਾਂ ਇਹ ਰਿਸਕ ਨਹੀਂ ਨਾ ਲੈ ਸਕਦੇ ਕਿ 5 ਸਾਲ ਬਾਅਦ ਆਪਣਾ ਉਹ ਐਕਸਪੀਰੀਅੰਸ ਮੰਨਿਆ ਜਾਏਗਾ, ਕ੍ਰੈਡਿਟਸ ਦੇਣਗੇ ਨਹੀਂ ਦੇਣਗੇ, ਆਪਾਂ ਪਹਿਲਾਂ ਮੇਕ ਸ਼ੋਰ ਨਹੀਂ ਕਰ ਸਕਦੇ ਕਿਸੇ ਜਗ੍ਹਾ ਤੋਂ ਕਿ ਹਾਂ ਇਹ ਚੱਲੇਗਾ ਕਿ ਨਹੀਂ ਚੱਲੇਗਾ, ਮਤਲਬ ਹੋਏਗਾ ਕਿ ਨਹੀਂ ਹੋਏਗਾ। ਨਹੀਂ ਕੋਈ ਮੇਕ ਸ਼ੋਰ ਨਹੀਂ ਕਰ ਸਕਦੇ, ਤੁਸੀਂ ਕਿਸੇ ਤਰੀਕੇ ਨਾਲ ਤੁਸੀਂ ਇਨ ਐਡਵਾਂਸ ਕੋਈ ਚੀਜ਼ ਨੂੰ ਚੈੱਕ ਨਹੀਂ ਕਰ ਸਕਦੇ ਕਿ ਵੀ ਇਹ ਚੱਲੇਗਾ ਨਹੀਂ ਚੱਲੇਗਾ, ਜਿੰਨਾ ਤੁਸੀਂ ਇਨਫੋਰਮੇਸ਼ਨ ਮੈਨੂੰ ਦੱਸੀ ਹੋਈ ਹੈ ਉਹਦੇ ਨਾਲ ਮੈਨੂੰ ਇਹ ਪੱਕਾ ਕਲੀਅਰ ਹੈ ਕਿ ਵੀ ਇਹ ਨਹੀਂ ਚੱਲੇਗਾ। ਕਿਉਂਕਿ ਸਾਫ਼ ਜ਼ਾਹਿਰ ਹੈ ਕਿ PR ਨੂੰ ਬਚਾਉਣ ਲਈ ਇਹਨਾਂ ਨੇ ਇਹ ਖੇਡ ਰਚਾ ਰਹੇ ਹੈ, ਬਾਕੀ ਇਹਦੇ ਵਿੱਚ ਕੋਈ ਜੈਨੂਇਨਸ ਨਹੀਂ ਹੈ, ਅਗਰ ਜੈਨੂਇਨਸ ਹੁੰਦੀ ਤੇ ਪਿਛਲੇ 1 ਸਾਲ ਤੋਂ ਜਾਂ 2 ਸਾਲ ਤੋਂ ਕਿਉਂ ਨਹੀਂ ਉੱਥੇ ਕੰਮ ਕਰ ਰਹੀ ਸੀ, ਇਹ ਉਸ ਕਾਲ ਸੈਂਟਰ ਦੇ ਤਹਿਤ ਉਸ ਕਾਲ ਸੈਂਟਰ ਦੇ ਬਾਰੇ ਜਾਂ ਬਿਜ਼ਨਸ ਜਾਂ ਉਸ ਤਰ੍ਹਾਂ ਦਾ ਕੰਮ ਕਿਉਂ ਨਹੀਂ ਕਰ ਰਹੀ ਸੀ, ਇੱਕ ਤੇ ਗੱਲ ਹੁੰਦੀ ਨਾ ਕਿ ਹੁਣ PR ਦੇ ਬਾਅਦ ਇਹ ਖੇਡ ਸ਼ੁਰੂ ਕੀਤਾ, ਦੂਸਰਾ ਹੁੰਦਾ ਕਿ ਵੀ ਪਹਿਲਾਂ 6 ਮਹੀਨੇ ਤੋਂ ਪਹਿਲਾਂ PR ਮਿਲ ਤੋਂ ਪਹਿਲਾਂ ਹੀ ਉਹਨਾਂ ਦਾ ਕੰਮ ਚੱਲ ਰਿਹਾ ਸੀ ਆਲਰੇਡੀ, ਠੀਕ ਹੈ, ਫਿਰ ਇਸ ਤਰ੍ਹਾਂ ਦੀ ਕੋਈ ਲੋਡ ਪੈ ਗਈ ਕਿ ਉਹਨਾਂ ਨੂੰ ਕੋਈ ਕਾਬਿਲ ਕੰਮ ਉਹਨਾਂ ਦਾ 2 ਸਾਲ ਤੋਂ ਚੱਲ ਰਿਹਾ ਭਾਜੀ, ਆਲਰੇਡੀ 2 ਸਾਲ ਹੋ ਗਿਆ ਬਿਜ਼ਨਸ, ਉਸ ਕਾਲ ਸੈਂਟਰ ਉਸ IT ਸਰਵਿਸ ਵਿੱਚ ਨਹੀਂ ਕੰਮ ਚੱਲਿਆ ਸੀ ਨਾ, ਨਹੀਂ IT ਸਰਵਿਸ ਇੰਡੀਆ ਦਾ ਉਹਨਾਂ ਦਾ ਬਿਜ਼ਨਸ 2 ਸਾਲ ਹੋ ਗਏ ਕੰਮ ਕਰਦੇ ਨੂੰ, ਉਹ ਕਹਿੰਦੇ ਸਾਡਾ ਆਲਰੇਡੀ ਇੱਕ ਬੰਦਾ ਬੈਠਾ। ਨਹੀਂ ਪਰ ਗਗਨ ਤੇ ਨਹੀਂ ਕੰਮ ਕਰ ਰਹੀ ਸੀ ਉਸ ਕੈਪੈਸਿਟੀ, ਨਹੀਂ ਉਹ ਉਸ ਕੈਪੈਸਿਟੀ 'ਚ ਨਹੀਂ ਕੰਮ ਕਰ ਰਿਹਾ, ਉਹ ਤਾਂ ਉੱਥੇ ਇਟ ਵਿਲ ਬੀ ਕੁਐਸਚਨ, ਨੋ ਆਈ ਐਮ ਨਾਟ ਸੈਟੀਸਫਾਈਡ ਕਿ ਦਿਸ ਵਿਲ ਪਾਸ, who knows, there could be a 1 in a million cases it will scrape through, but jinni information jinni tusi ek tasveer mainu khichi hui hai ohde vich lag reha mainu kitna kithe check hai। okay
ਬਸ ਮੈਂ ਇਹੀ ਕਨਫਰਮ ਕਰਨਾ ਚਾਹੁੰਦਾ ਸੀਗਾ ਕਿ ਕਿਉਂਕਿ ਉਹ ਕਹਿ ਰਿਹਾ ਕਿ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਰੈਵਨਿਊ ਜਨਰੇਟ ਕਰਦਾ, ਅੱਛਾ ਰੈਵਨਿਊ ਜਨਰੇਟ ਕਰਦਾ, ਜਿਹੜੀਆਂ ਮਤਲਬ ਕੰਡੀਸ਼ਨਸ ਨੂੰ ਫੁਲਫਿਲ ਕਰਦੇ ਪਏ ਆ, ਰੈਵਨਿਊ ਜਨਰੇਟ ਕਰ ਸਕਦਾ ਹੈ ਉਹ, ਭਾਵੇਂ ਉਹ ਬਿਲੀਅਨਸ ਆਫ ਡਾਲਰ ਰੋਜ਼ ਜਨਰੇਟ ਕਰੇ, ਇਹਦੇ ਨਾਲ ਕੁਝ ਫਰਕ ਨਹੀਂ ਹੁੰਦਾ। ਓਕੇ, ਫਰਕ ਇਸ ਚੀਜ਼ ਦਾ ਹੈ ਕਿ ਵੀ ਉਹ ਜੌਬ ਪੀਆਰ ਹੁਣ ਇੱਕ ਦਿਨ ਪਹਿਲਾਂ ਮਿਲੀ ਹੈ, ਜੌਬ ਤੁਸੀਂ ਹੁਣ ਸਟਾਰਟ ਕਰ ਰਹੇ ਹੋ, ਜੌਬ ਸਟਾਰਟ ਕਰਨ ਦੇ 2 ਹਫ਼ਤੇ ਬਾਅਦ, 1 ਹਫ਼ਤੇ ਬਾਅਦ ਤੁਸੀਂ ਇੰਡੀਆ ਦੀ ਪ੍ਰਸਥਾਨ ਕਰ ਰਹੇ ਹੋ। ਕਿਉਂਕਿ ਭਾਜੀ ਉਹਨਾਂ ਦਾ ਕੈਨੇਡਾ 'ਚ ਤਾਂ ਕੋਈ ਆਪਰੇਸ਼ਨ ਹੀ ਨਹੀਂ ਨਾ, ਕੈਨੇਡਾ 'ਚ ਸਿਰਫ ਇੱਕ ਬਿਜ਼ਨਸ ਇੰਟਾਈਟਲਡ ਹੈ, ਸਾਰਾ ਆਪਰੇਸ਼ਨ ਇੰਡੀਆ 'ਚ ਹੀ ਹੈ। ਆਈ ਅੰਡਰਸਟੈਂਡ ਵੈਲ ਯੂ ਨੋ ਦ ਥਿੰਗ ਇਜ਼ ਦਿਸ, ਤੁਸੀਂ ਮੇਰੇ ਤੋਂ ਸਵਾਲ ਪੁੱਛਿਆ, ਮੈਂ ਆਪਣਾ ਜਵਾਬ ਦੇਤਾ। ਨਹੀਂ ਉਹ ਠੀਕ ਹੈ, ਨਹੀਂ ਨਹੀਂ ਬਾਕੀ ਜੋ ਵੀ ਕੋਈ ਆਰਗੂਮੈਂਟ ਹੋਏਗਾ ਨਾ ਇਸ ਦੇ ਵਿੱਚ ਕਿ ਕਿਉਂ ਨਹੀਂ ਹੈ ਜਾਂ ਹੈ ਨਹੀਂ ਹੈ, ਉਹ ਫਿਰ ਮੁੜ ਕੇ ਅਗਰ ਜੇ ਪੀਆਰ ਨੂੰ ਕੈਂਸਲੇਸ਼ਨ ਹੋਏਗੀ ਅਗਰ, ਤੇ ਫਿਰ ਉਹ ਰੈਫਰ ਹੋਏਗਾ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਦੇ ਮੈਂਬਰ ਨੇ ਰੈਫਰ ਉਹਨੂੰ ਕੀਤਾ ਜਾਏਗਾ, ਫਿਰ ਉਹ ਜਿਹੜਾ ਹੀ ਹੈਜ਼ ਅ ਪਾਵਰ ਆਫ ਅ ਜੱਜ, ਤੇ ਉਹ ਫਿਰ ਡਿਸਾਈਡ ਕਰੇਗਾ, ਤੇ ਤੁਹਾਡਾ ਵਕੀਲ ਬਹਿਸ ਕਰੇਗਾ, ਉਹਨਾਂ ਦਾ ਵਕੀਲ ਬਹਿਸ ਕਰੇਗਾ, ਬਹਿਸ ਜੇ ਕੌਣ ਜਿੱਤੇਗਾ ਵੇ ਤੇ ਫਿਰ ਸਮਾਂ ਹੀ ਦੱਸੇਗਾ। ਓਕੇ ਓਕੇ ਰਾਈਟ, ਨਹੀਂ ਉਹਨਾਂ ਤਾਂ ਆਪਾਂ ਰਿਸਕ ਲੈ ਵੀ ਨਹੀਂ ਸਕਦੇ ਫਿਰ, ਇਸ ਤੋਂ ਅੱਛਾ ਤਾਂ ਕਿ 730 ਡੇਜ਼ ਹੀ ਓਕੇ ਸਰ ਓਕੇ ਪੂਰੇ ਕੀਤੇ ਜਾਣ। ਇਹ 730 ਡੇਜ਼ ਨਾਲ ਵੀ ਗੱਲ ਨਹੀਂ ਬਣਦੀ, 730 ਡੇਜ਼ ਤੇ ਪੂਰਾ ਹੋ ਗਿਆ ਜਸਟ ਟੂ ਮੇਨਟੇਨ ਦਾ ਪੀਆਰ ਕਾਰਡ, ਜੇ ਅਗਰ ਵਾਕਈ ਹੀ ਪੂਰਾ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ ਇਨ ਫਿਊਚਰ ਲਈ, ਤੇ ਪੂਰੇ 3 ਸਾਲ ਪੂਰੇ ਰਹਿ ਕੇ ਫਿਰ ਉਹਦੇ ਬਾਅਦ ਫਿਰ ਸਿਟੀਜ਼ਨਸ਼ਿਪ ਲਈ ਕੁਆਲੀਫਾਈ ਕਰਕੇ ਸਿਟੀਜ਼ਨਸ਼ਿਪ ਲੈ ਕੇ ਫਿਰ ਵਾਪਸ ਆਓ, ਤਾਂ ਹੀ ਬੰਦਾ ਸਿਕਿਓਰ ਹੈ। ਅਦਰਵਾਈਜ਼ ਪੀ ਆਰ ਕਾਰਡ ਦੀ ਤ੍ਰਿਸ਼ਨਾ ਤੇ ਚਲੋ ਹੈ ਕਿ ਵੀ ਪੀ ਆਰ ਕਾਰਡ ਵਧੀਆ ਮਿਲ ਗਿਆ ਠੀਕ ਹੈ, ਪੀ ਆਰ ਕਾਰਡ ਨਾਲ ਕੋਈ ਜ਼ਿਆਦਾ ਇੰਨੀ ਸਿਕਿਉਰਿਟੀ ਨਹੀਂ ਹੁੰਦੀ ਕਿਸੇ ਚੀਜ਼ ਦੀ। ਪੀ ਆਰ ਕਾਰਡ ਕਈ ਇਗਜ਼ਾਮਪਲ ਮੈਂ ਦੇਖੇ, ਪੀ ਆਰ ਕਾਰਡ ਵੀ ਕੈਂਸਲ ਹੋ ਜਾਂਦੇ। ਪੀ ਆਰ ਕਾਰਡ ਦੇ ਬਾਰੇ ਤੁਸੀਂ ਇਹ ਨਾ ਸਮਝੋ ਕਿ ਪੀ ਆਰ ਕਾਰਡ ਮਿਲ ਗਿਆ ਤੇ ਦੁਨੀਆਂ ਦੇ ਖਜ਼ਾਨੇ ਹੋ ਗਏ ਸਾਰੇ, ਹੁਣ ਇਹਦੇ ਬਾਅਦ ਕੁਛ ਨਹੀਂ ਹੋਣਾ। ਹਾਂ, ਜਦ ਤੱਕ ਤੁਸੀਂ ਸਿਟੀਜ਼ਨ ਬਣ ਕੇ ਕੈਨੇਡੀਅਨ ਪਾਸਪੋਰਟ ਨਹੀਂ ਲੈਂਦੇ, ਤਦ ਤੱਕ ਤੁਹਾਡੇ 'ਤੇ ਉਹ ਰੈਸੀਡੈਂਸੀ ਦਾ ਉਹ ਜਿਹੜਾ ਸਵਾਲੀਆ ਨਿਸ਼ਾਨ ਹਮੇਸ਼ਾ ਹੀ ਰਹੇਗਾ। ਨਹੀਂ ਉਹ ਇਹ ਹੈਗਾ ਕਿ ਅਗਰ ਕਰੰਟਲੀ ਜਿਹੜੇ ਕਾਨੂੰਨ ਹੈਗੀ ਆ ਤਾਂ 2 ਸਾਲ ਨਾਲ ਵੀ ਉਹ ਸਿਟੀਜ਼ਨਸ਼ਿਪ ਲਈ ਐਲੀਜੀਬਲ ਹੋ ਜਾਏਗੀ, ਬਿਕੋਜ਼ 1 ਸਾਲ ਦਾ ਕ੍ਰੈਡਿਟਸ ਮਿਲ ਜਾਣਗੇ ਪੁਰਾਣੇ ਟੈਂਪਰੇਰੀ ਵੀਜ਼ਾ ਵਾਲੇ। ਜੇ ਅਗਰ ਕ੍ਰੈਡਿਟ ਮਿਲ ਰਿਹਾ ਫਿਰ ਠੀਕ ਹੈ, ਦੈਟਸ ਓਕੇ। ਜੇ ਅਗਰ ਪੁਰਾਣਾ ਕ੍ਰੈਡਿਟ ਅਗਰ ਨਾਲ ਉਹ ਕੰਟੀਨਿਊ ਕਰੇਗੀ ਤੇ ਫਿਰ ਤੇ ਕੋਈ ਚੱਕਰ ਹੀ ਨਹੀਂ। ਫਿਰ ਤੇ ਕਹਿਣ ਦਾ ਮਤਲਬ ਹੈ ਕਿ ਸਿਟੀਜ਼ਨਸ਼ਿਪ ਹੀ ਇਜ਼ ਸਿਕਿਉਰਡ, ਇਜ਼ ਸਿਕਿਉਰਡ। ਓਕੇ, ਹਾਂਜੀ ਹਾਂਜੀ ਹਾਂਜੀ। ਬਾਕੀ ਪੀ ਆਰ ਕਾਰਡ ਦੀ ਕਾਫੀ ਸ਼ਰਤਾਂ ਨੇ, ਪੀ ਆਰ ਕਾਰਡ ਦੇ ਕਾਫੀ ਕਾਨੂੰਨ ਹੈ ਜਿਹੜੇ ਤੁਹਾਨੂੰ ਫੋਲੋ ਕਰਨਾ ਪੈਣਾ। ਓਕੇ ਓਕੇ, ਥੈਂਕ ਯੂ ਭਾਜੀ, ਥੈਂਕ ਯੂ, ਥੈਂਕਸ ਅ ਲੋਟ, ਬਾਏ। ਓਕੇ।